ਮੈਂਟਲ ਹੈਲਥ ਕਾਉਂਸਲਰ ਰਾਈਟਰ ਹੋ ਤੁਸੀਂ ਡਿਬੇਟਰ ਹੋ ਤੇ ਇੱਕ ਲੱਗਦਾ ਹੈ ਕਿ ਮੋਟਿਆਂ ਦਾ ਜਿਹੜਾ ਭਾਰ ਹੈ ਜਿਹੜੀ ਜ਼ਿੰਮੇਵਾਰੀ ਹੈ ਇਹ ਨਾਮ ਜੋੜਨ ਦੇ ਨਾਲ ਹੀ ਵੱਧ ਗਈ ਹੈ ਮੈਨੂੰ ਲੱਗਦਾ ਜਿੰਨਾ ਚਿਰ ਸ਼ੌਂਕ ਹੈ ਉਨਾ ਚਿਰ ਤੁਸੀਂ ਹਮੇਸ਼ਾ ਅੱਗੇ ਵੱਧਦੇ ਰਹੋਗੇ ਜਦੋਂ ਇਹਨੂੰ ਜ਼ਿੰਮੇਵਾਰੀ ਵਾਂਗ ਲੈਣ ਲੱਗ ਜੂਗੇ ਉਦੋਂ ਬੋਝ ਲੱਗਣ ਲੱਗ ਜਾਂਦੀ ਹੈ ਚੀਜ਼ ਤੇ ਮੈਂ ਨਹੀਂ ਚਾਹੁੰਦੀ ਮੈਨੂੰ ਕਦੇ ਜ਼ਿੰਮਾ ਸਮਝਾ ਜਦੋਂ ਇਕੱਲੇ ਬਹਿਣਾ ਹੈ ਉਦੋਂ ਤੁਹਾਡੇ ਕੋਲ ਕੁਛ ਨਹੀਂ ਰਹਿ ਜਾਂਦਾ ਉਦੋਂ ਤੁਹਾਡੇ ਕੋਲ ਜੋ ਮਨ 'ਚ ਪਿਆਰ ਹੈ ਤੇ ਜੋ ਤੁਹਾਡੀ ਜ਼ਮੀਰ ਹੈ ਸਿਰਫ ਉਹੀ ਰਹਿ ਜਾਂਦੀ ਹੈ ਜੋ ਤੁਹਾਡੇ ਅਨਮੋਲ ਰਤਨ ਨੇ ਇਹ ਦੋ ਹੀ ਨੇ ਤੇ ਇਹਨਾਂ ਨੂੰ ਜੇ ਤੁਸੀਂ ਹੁਣੇ ਨਹੀਂ ਸਮੇਟਿਆ ਫਿਰ ਤੁਸੀਂ ਆਪਣੇ ਬੁਢਾਪੇ 'ਚ ਇਕੱਲੇ ਬਹਿ ਕੇ ਰੋਣ ਦੀ ਤਿਆਰੀ ਕਰ ਲਓ ਜਦੋਂ ਕੋਈ ਲਿਖਦਾ ਹੁੰਦਾ ਨਾ ਤਾਂ ਉਹਦੇ ਪਿੱਛੇ ਹਰ ਕੋਈ ਕਹਿਣ ਲੱਗ ਜਾਂਦਾ ਕਿ ਇਹਨੂੰ ਜ਼ਰੂਰ ਕੋਈ ਸੱਟ ਵੱਜੀ ਹੈ ਇਹ ਤਾਂ ਕਰਕੇ ਲਿਖਾਰੀ ਬਣ ਗਿਆ ਲਿਖਾਰੀ ਮੈਂ ਕਹਿੰਦੀ ਹਾਂ ਵੀ ਇਹ ਜਿਹੜਾ ਵੀ ਲੇਖਕ ਆ ਲਿਖਾਰੀ ਹੈ ਉਹਦੀ ਆਪਦੀ ਕੋਈ ਕੋਈ ਪ੍ਰਾਪਤੀ ਨਹੀਂ ਹੈ ਸਾਡੇ ਹੰਝੂ ਫਿਕਰਾਂ ਦਲੀਲਾਂ ਫਰਿਆਦ ਅਖੀਰ ਜੇ ਤੈਨੂੰ ਨਹੀਂ ਨਿਆਦ ਸਾਡੇ ਹੰਝੂ ਫਿਕਰਾਂ ਦਲੀਲਾਂ ਫਰਿਆਦ ਅਖੀਰ ਜੇ ਤੈਨੂੰ ਨਹੀਂ ਨਿਆਦ ਆੜੇ ਤਰਲੇ ਕੱਢਾਂਗੇ ਨਹੀਂ ਨਾ ਮੰਗਣੀ ਹੈ ਕੋਈ ਮੁਰਾਦ ਕੋਈ ਦਿਲਦਾਰ ਆ ਮੰਗਦੇ ਨਹੀਂ ਪਿਆਰ ਦਿਖਾਉਣ ਵਿੱਚ ਹੰਬਦੇ ਨਹੀਂ ਦਿਲਦਾਰ ਆ ਮੰਗਦੇ ਨਹੀਂ ਪਿਆਰ ਦਿਖਾਉਣ ਵਿੱਚ ਹੰਬਦੇ ਨਹੀਂ ਜਾਨ ਦੇਣ ਤੱਕ ਜਾਂਦੇ ਹਾਂ ਤੂੰ ਮਾੜਾ ਮੋਟਾ ਜੇ ਕਰਦੇ ਕੋਈ ਸਮਝਦੇ ਨਹੀਂ ਹੁਣ ਪੈਰੀ ਤੇਰੇ ਪੈ ਨਹੀਂ ਸਕਦੇ ਵਾਰ ਵਾਰ ਤੇ ਕਹਿ ਨਹੀਂ ਸਕਦੇ ਹੁਣ ਪੈਰੀ ਤੇਰੇ ਪੈ ਨਹੀਂ ਸਕਦੇ ਵਾਰ ਵਾਰ ਤੇ ਕਹਿ ਨਹੀਂ ਸਕਦੇ ਤੂੰ ਪਰਖਣ ਤੇ ਹੀ ਤੁਲਿਆ ਰਹਿਣਾ ਅਸੀਂ ਕਾਤਲਾਂ ਵਾਂਗ ਤੇ ਰਹਿ ਨਹੀਂ ਸਕਦੇ ਚੱਲ ਮੈਂ ਤਾਂ ਪੈਰੀ ਪੈ ਵੀ ਜਾਊਂ ਪਰ ਇਸ਼ਕ ਮੇਰੇ ਦੀ ਅਣਖ ਹੈ ਚੱਲ ਮੈਂ ਤਾਂ ਪੈਰੀ ਪੈ ਵੀ ਜਾਊਂ ਪਰ ਇਸ਼ਕ ਮੇਰੇ ਦੀ ਅਣਖ ਹੈ ਕਬੂਲ ਦੀ ਹੈ ਪਰ ਵਿੱਚ ਦੀ ਨਹੀਂ ਇਹਨੂੰ ਅਣਖ ਦੀ ਬੜੀ ਸਣਕ ਹੈ ਇਹਨੂੰ ਅਣਖ ਦੀ ਬੜੀ ਸਣਕ ਹੈ For all the latest updates, please subscribe G Media Group and press the bell icon. G Media ਦੇ ਸਾਰੇ ਦਰਸ਼ਕਾਂ ਦਾ ਮੈਂ ਹਰਸਿਮਰਨ ਕੌਰ ਸਵਾਗਤ ਕਰਦੀ ਹਾਂ। ਗੱਲਾਂ ਕਈ ਵਾਰੀ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਪਰ ਉਹ ਵੱਡੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਸ਼ੁਰੂ ਹੋਈਆਂ ਹੁੰਦੀਆਂ ਤੇ ਉਹਨਾਂ ਛੋਟੀਆਂ ਗੱਲਾਂ ਤੇ ਜੇ ਕੰਟਰੋਲ ਹੋ ਜਾਏ ਤਾਂ ਲੱਗਦਾ ਕਿ ਉਹ ਗੱਲ ਇੰਨੀ ਵੱਡੀ ਬਣੇਗੀ ਹੀ ਨਹੀਂ। ਹੁਣ ਇਹਨਾਂ ਗੱਲਾਂ ਬਾਰੇ ਹੀ ਸਾਡੇ ਨਾਲ ਗੱਲ ਕਰਨ ਦੇ ਲਈ ਅੱਜ ਮੌਜੂਦ ਨੇ ਕਰਮਨ ਜੀ, ਜੋ ਕਿ ਸੋਸ਼ਲ ਮੈਂਟਲ ਕਾਉਂਸਲਰ ਨੇ, ਮੈਂਟਲ ਹੈਲਥ ਕਾਉਂਸਲਰ ਨੇ, ਡਿਬੇਟਰ ਨੇ, ਰਾਈਟਰ ਨੇ, ਤੇ ਉਹਨਾਂ ਦੀ ਜਿਹੜੀ ਲਿਖਾਵਟ ਹੈ ਉਹ ਸਾਨੂੰ ਅੱਜ ਕੀ ਸਿਖਾ ਜਾਏਗੀ ਇਹ ਉਹਨਾਂ ਤੋਂ ਪੁੱਛਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਕਰਮਨ? ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਕਿਵੇਂ ਹੋ? ਮੈਂ ਵੀ ਬਹੁਤ ਵਧੀਆ। ਥੈਂਕ ਯੂ ਸੋ ਮਚ ਆਪਣਾ ਟਾਈਮ ਦੇਣ ਲਈ। ਥੈਂਕ ਯੂ ਫॉर ਹੈਵਿੰਗ ਮੀ। ਅੱਛਾ, ਜਦੋਂ ਨਾਮ ਦੇ ਨਾਲ ਇੰਨੇ ਸਾਰੇ ਡੈਜ਼ਿਗਨੇਸ਼ਨ ਜੁੜ ਜਾਂਦੇ ਆ, ਮੈਂਟਲ ਹੈਲਥ ਕਾਉਂਸਲਰ, ਰਾਈਟਰ ਹੋ ਤੁਸੀਂ, ਡਿਬੇਟਰ ਹੋ, ਤੇ ਇੱਕ ਲੱਗਦਾ ਕਿ ਮੋਟਿਆਂ ਦਾ ਜਿਹੜਾ ਭਾਰ ਹੈ, ਜਿਹੜੀ ਜ਼ਿੰਮੇਵਾਰੀ ਹੈ, ਇਹ ਨਾਮ ਜੁੜਨ ਦੇ ਨਾਲ ਹੀ ਵੱਧ ਗਈ ਹੈ? ਨਹੀਂ, ਹਾਲੇ ਜ਼ਿੰਮੇ ਬਹੁਤ ਨੇ, ਹਾਲੇ ਜਿਹੜੇ ਉਤਾਰਨੇ ਨੇ ਪੂਰੇ ਕਰਨੇ ਨੇ। ਰਾਈਟਰ ਮੈਂ ਆਪਣੇ ਆਪ ਨੂੰ ਹਾਲੇ ਉਦੋਂ ਰਾਈਟਰ ਕਹਾਉਣ ਜੋਗੀ ਹੋ ਜਾਊਂਗੀ ਜਦੋਂ ਮੇਰੀ ਕਿਤਾਬ ਛਪ ਜੂਗੀ। ਹਾਲੇ ਤਾਂ ਮੈਂ ਬਸ ਕਾਗਜ਼ਾਂ ਤੇ ਕਲਮ ਹੀ ਘਸੀਟ ਰਹੀ ਹਾਂ। ਬਾਕੀ ਵਧੀਆ ਲੱਗਦਾ ਜਦੋਂ ਐਪਰੀਸੀਏਸ਼ਨ ਹੁੰਦੀ ਹੈ, ਪਰ ਇੰਨਾ ਕਦੇ ਐਂ ਹੋਇਆ ਵੀ ਨਹੀਂ ਵੀ ਬਹੁਤ ਵੱਡੇ ਜ਼ਿੰਮੇ ਨੇ, ਸ਼ੌਂਕ ਨੇ, ਜੋ ਕਿ ਮੈਨੂੰ ਲੱਗਦਾ ਜਿੰਨਾ ਚਿਰ ਸ਼ੌਂਕ ਹੈ ਉਨਾ ਚਿਰ ਤੁਸੀਂ ਹਮੇਸ਼ਾ ਅੱਗੇ ਵੱਧਦੇ ਰਹੋਗੇ। ਜਦੋਂ ਇਹਨੂੰ ਜ਼ਿੰਮੇਦਾਰੀ ਵਾਂਗ ਲੈਣ ਲੱਗ ਜੂਗੇ ਉਦੋਂ ਬੋਝ ਲੱਗਣ ਲੱਗ ਜਾਂਦੀ ਹੈ ਚੀਜ਼ ਤੇ ਮੈਂ ਨਹੀਂ ਚਾਹੁੰਦੀ ਮੈਨੂੰ ਕਦੇ ਜ਼ਿੰਮਾ ਸਮਝਾ, ਇਹ ਮੇਰੇ ਸ਼ੌਂਕ ਨੇ, ਮੇਰੇ ਨਾਲ ਹੀ ਵਹਿੰਦੇ ਰਹਿਣ ਤਾਂ ਮੈਂ ਹੀ ਚਾਹੁੰਦੀ ਹਾਂ। ਬਿਲਕੁਲ, ਜਿਵੇਂ ਅਸੀਂ ਸ਼ੁਰੂਆਤ ਕੀਤੀ ਕਿ ਛੋਟੀਆਂ ਗੱਲਾਂ ਜੇ ਛੋਟੀਆਂ ਤੋਂ ਹੀ ਖਤਮ ਹੋ ਜਾਣ ਤਾਂ ਵੱਡੀਆਂ ਨਹੀਂ ਹੁੰਦੀਆਂ, ਤੇ ਉਹ ਛੋਟੀਆਂ ਛੋਟੀਆਂ ਪ੍ਰੋਬਲਮਸ ਜਿਹੜੀ ਡੇਲੀ ਲਾਈਫ ਦੇ ਵਿੱਚ ਜਦੋਂ ਲੋਕ ਤੁਹਾਨੂੰ ਅਪਰੋਚ ਕਰਦੇ ਨੇ ਜਾਂ ਉਹਨਾਂ ਦੀ ਮੈਂਟਲ ਹੈਲਥ ਤੇ ਕਿਹੜੀਆਂ ਛੋਟੀਆਂ ਛੋਟੀਆਂ ਐਸੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਤੋਂ ਇਫੈਕਟ ਪੈਂਦਾ ਹੈ? ਬੇਸਿਕਲੀ ਮੈਂਟਲ ਹੈਲਥ ਜਿਹੜੀ ਚੀਜ਼ ਹੈ ਇਹਨੂੰ ਬਹੁਤ ਟਾਈਮ ਤੋਂ ਨਕਾਰਿਆ ਜਾ ਰਿਹਾ ਸੀ, ਅਣਦੇਖਾ ਕੀਤਾ ਜਾ ਰਿਹਾ ਸੀ, ਅਣਗੌਲਾ ਕੀਤਾ ਜਾ ਰਿਹਾ ਸੀਗਾ, ਪਰ ਹੁਣ ਇੱਕ ਇਹ ਵੀ ਸਾਨੂੰ ਫਾਇਦਾ ਹੋਇਆ ਹੈ ਕਿ ਲੋਕਾਂ ਨੇ ਇਹਨੂੰ ਤਵੱਜੋ ਦੇਣੀ ਸ਼ੁਰੂ ਕੀਤੀ ਹੈ, ਤਰਜੀਹ ਦੇਣੀ ਸ਼ੁਰੂ ਕੀਤੀ, ਸਮਝਣਾ ਸ਼ੁਰੂ ਕੀਤਾ ਹੈ ਕਿ ਇਹ ਸਿਰਫ ਮਾਨਸਿਕ ਤੌਰ ਤੇ ਕੋਈ ਪਾਗਲ ਹੀ ਨਹੀਂ ਹੁੰਦਾ, ਕਈਆਂ ਨੂੰ ਵੈਸੇ ਵੀ ਬਹੁਤ ਵਡੇਵੇ ਜਾਂ ਦੁੱਖ ਹੁੰਦੇ ਨੇ ਤੇ ਉਹਨਾਂ ਨੂੰ ਇੱਕ ਸਹਾਰੇ ਦੀ ਵਾਕਈ ਲੋੜ ਹੈ, ਕਿਉਂਕਿ ਜੋ ਸਾਡਾ ਤਨ ਹੈ, ਜੋ ਸਾਡਾ ਸਾਡੀ ਦੇਹ ਹੈ, ਉਹ ਸਾਡਾ ਦਿਮਾਗ ਸਹੀ ਰੂਪ ਤੇ ਸੋਰਟਿਡ ਹੋਏਗਾ ਤਾਂ ਹੀ ਇਹ ਵੀ ਵਰਕ ਕਰ ਸਕਦਾ ਹੈ। ਸੋ ਡੇਲੀ ਲਾਈਫ ਵਿੱਚ ਪ੍ਰੋਬਲਮਸ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ 'ਚ ਜਿਹੜੀ ਪ੍ਰੋਬਲਮਸ ਹੋ ਜਾਂਦੀਆਂ ਨੇ, ਕੁਛ ਰਿਲੇਸ਼ਨਸ਼ਿਪਸ ਹੈ, ਕੁਛ ਕਰੀਅਰ ਹੈ, ਤੇ ਜੇ ਐਂਗਜ਼ਾਇਟੀ ਹੈ, ਸਟ੍ਰੈਸ ਹੈ, ਜੋ ਕਿ ਫਿਰ ਜੇ ਕੰਟੀਨਿਊਸ ਰਹੇ ਤਾਂ ਡਿਪਰੈਸ਼ਨ ਦਾ ਰੂਪ ਲੈ ਲੈਂਦੇ ਨੇ। ਬਾਕੀ ਹੋਰ ਵੀ ਬਹੁਤ ਵੱਡੇ ਲੈਵਲਸ ਦੀਆਂ ਡਿਜ਼ੀਜ਼ ਨੇ, ਸਕਿਜ਼ੋਫਰੇਨੀਆ, ਹੈਲੂਸੀਨੇਸ਼ਨਸ, ਉਹਨਾਂ ਵਾਸਤੇ ਸਪੈਸ਼ਲ ਲੈਬੋਰੇਟਰੀਜ਼ ਹੁੰਦੀਆਂ ਨੇ ਜਿਹਦੇ 'ਚ ਉਹਨਾਂ ਨੂੰ ਕਾਉਂਸਲ ਕੀਤਾ ਜਾਂਦਾ ਹੈ, ਪਲੱਸ ਉਹਨਾਂ ਦੀ ਮੈਡੀਕੇਸ਼ਨ ਹੁੰਦੀ ਹੈ। ਸੋ ਜੀ,
ਬਿਲਕੁਲ, ਪਰ ਕਾਉਂਸਲਰਸ ਨਾਲ ਅਕਸਰ ਐਸਾ ਹੁੰਦਾ ਹੈ ਕਿ ਲੋਕੀ ਜਦੋਂ ਆਉਂਦੇ ਨੇ ਤਾਂ ਖੁੱਲ ਕੇ ਗੱਲ ਕਰ ਲੈਂਦੇ ਆ। ਤੁਹਾਨੂੰ ਕਦੀ ਏਦਾਂ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਪ੍ਰੋਬਲਮ ਹੀ ਨਹੀਂ ਹੋਏਗੀ ਕਿ ਜਿੱਥੇ ਉਹ ਰਹਿੰਦੇ ਨੇ, ਜਿਨ੍ਹਾਂ ਦੇ ਨਾਲ ਰਹਿੰਦੇ ਨੇ, ਜਿੱਥੇ ਵੱਸਦੇ ਨੇ, ਜੇ ਉਹਨਾਂ ਦੇ ਨਾਲ ਹੀ ਖੁੱਲ ਕੇ ਗੱਲ ਕਰਨੀ ਸ਼ੁਰੂ ਹੋ ਜਾਣ ਤੇ ਇਹ ਪ੍ਰੋਬਲਮ ਹੀ ਖਤਮ ਹੋ ਜਾਏ? ਬਿਲਕੁਲ ਬਿਲਕੁਲ, ਪਰ ਹੁਣ ਐਵੇਂ ਹੋ ਗਿਆ ਕਿ ਜੋ ਅੱਜ ਕੱਲ ਦਾ ਦੌਰ ਚੱਲ ਪਿਆ, ਇਨਸਾਨ ਵਿੱਚ ਦਿਨ ਬ ਦਿਨ ਆਪਾਂ ਕੋਈ ਵੀ ਫੈਕਟਰ ਲੈ ਸਕਦੇ ਹਾਂ, ਅਸੀਂ ਟੈਕਨੋਲੋਜੀ ਫੈਕਟਰ ਲੈ ਸਕਦੇ ਹਾਂ, ਅਸੀਂ ਰਫਤਾਰ ਫੈਕਟਰ ਲੈ ਸਕਦੇ ਹਾਂ, ਅਸੀਂ ਹਮੇਸ਼ਾ ਕੰਪੀਟੀਸ਼ਨ ਦਾ ਫੈਕਟਰ ਲੈ ਸਕਦੇ ਹਾਂ ਕਿ ਹਰ ਇੱਕ ਇਨਸਾਨ ਵਿੱਚ ਦੂਸਰੇ ਇਨਸਾਨ ਲਈ ਨਿੱਘ ਘਟਦਾ ਜਾ ਰਿਹਾ, ਜੋ ਕਿ ਅਫਸੋਸ ਵਾਲੀ ਗੱਲ ਹੈ। ਕਿਉਂਕਿ ਪੁਰਾਣੇ ਜ਼ਮਾਨਿਆਂ ਵਿੱਚ ਜੇ ਅਸੀਂ ਵੇਖੀਏ ਤਾਂ ਇੰਨੇ ਇੰਨਾ ਡਾਕਟਰਸ ਕੋਲ ਜਾਣ ਦੀ ਲੋੜ ਨਹੀਂ ਸੀ ਪੈਂਦੀ, ਉਦੋਂ ਦੂਸਰੇ ਪਿੰਡ ਤੋਂ ਵੀ ਦੂਸਰੇ ਪਿੰਡ ਤੇ ਬੰਦਾ ਜਾ ਕੇ ਗੱਲ ਕਰ ਸਕਦਾ ਸੀ, ਚਾਹੇ ਉਹਨਾਂ ਦਾ ਆਪਸੀ ਕੋਈ ਇੰਨਾ ਸੰਬੰਧ ਨਾ ਵੀ ਹੋਵੇ। ਪਰ ਹੁਣ ਘਰ 'ਚ ਬੈਠਿਆਂ ਦੀ ਗੱਲ ਨਹੀਂ ਹੋ ਰਹੀ ਇੱਕ ਦੂ ਆਪਣੇ ਨਾਲ ਦਿਆਂ ਲੋਕਾਂ ਨਾਲ, ਜੋ ਕਿ ਬਹੁਤ ਤ੍ਰਾਸ ਦੀ ਗੱਲ ਹੈ। ਪਰ ਉਹੀ ਗੱਲ ਹੈ, ਕਿਉਂਕਿ ਹਰ ਕੋਈ ਆਪਣੇ ਆਪ 'ਚ ਬਹੁਤ ਇੰਨਾ ਸੈਲਫਿਸ਼ ਨਹੀਂ ਮੈਂ ਕਹੂੰਗੀ, ਪਰ ਹਰ ਕਿਸੇ ਨੂੰ ਆਪਣੋ ਆਪਣੀ ਰੇਸ ਵਿੱਚ ਅੱਗੇ ਵਧਣ ਦਾ ਬਹੁਤ ਹੈ। ਕੋਈ ਜੋ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਚੀਜ਼ ਦੀ ਐਕਸੈਪਟੈਂਸ ਘੱਟ ਹੈ ਕਿ ਜੇ ਉਹ ਪਿੱਛੇ ਰਹਿ ਵੀ ਜਾਣ ਤਾਂ ਉਹ ਹਾਰ ਥੋੜ੍ਹੀ ਗਏ ਨੇ, ਅਤੇ ਜੇ ਕਿਸੇ ਦੀ ਤੁਸੀਂ ਮਦਦ ਕਰ ਹੀ ਦਿੰਦੇ ਹੋ ਤਾਂ ਕੋਈ ਇੰਨੀ ਵੱਡੀ ਗੱਲ ਨਹੀਂ ਹੈ। ਨਿੱਘ ਹੋਣਾ ਬਹੁਤ ਜ਼ਰੂਰੀ ਹੈ, ਸਬਰ ਘੱਟਦਾ ਜਾ ਰਿਹਾ ਕਿਉਂਕਿ ਅੱਜ ਕੱਲ੍ਹ ਇੰਨਾ ਸੋਸ਼ਲ ਮੀਡੀਆ ਹੈ ਅਤੇ ਸਾਰਾ ਕੁਛ ਉਂਗਲਾਂ 'ਤੇ ਜਦੋਂ ਤੁਹਾਨੂੰ ਮਿਲ ਜਾਵੇ, ਹੱਥਾਂ 'ਚ ਮਿਲ ਜਾਵੇ, ਤਾਂ ਫਿਰ ਆਪੇ ਰੋਟੀ ਬਣਾਉਣ ਦਾ ਜੀ ਨਹੀਂ ਕਰਦਾ ਜੇ ਤੁਹਾਨੂੰ ਥਾਲੀ ਪਰੋਸ ਕੇ ਮਿਲੀ ਜਾਵੇ ਤੇ। ਬਿਲਕੁਲ ਸਹੀ ਗੱਲ ਹੈ, ਸਬਰ ਦੀ ਤੁਸੀਂ ਗੱਲ ਕੀਤੀ, ਪੇਸ਼ੈਂਸ ਦੀ ਗੱਲ ਕਰੀਏ ਤਾਂ ਪੁਰਾਣੇ ਕਹਿੰਦੇ ਸੀਗੇ, ਲੋਕ ਕਹਿੰਦੇ ਸੀਗੇ ਕਿ ਜਿਹਨੂੰ ਸੁਣਨਾ ਆ ਗਿਆ ਉਹਨੂੰ ਸਭ ਕੁਛ ਆ ਗਿਆ। ਅਸੀਂ ਪਹਿਲਾਂ ਸੁਣਦੇ ਨਹੀਂ, ਪਰ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਅਸੀਂ ਸੁਣਨ ਲੱਗ ਜਾਂਦੇ ਹਾਂ। ਇਹ ਜਿਹੜਾ ਡਿਫਰੈਂਸ ਹੈ ਇੱਕ ਸੁਣਨ ਦਾ ਤੇ ਬੋਲਣ ਦਾ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਦੌੜ ਹੈ ਇਨਸਾਨ ਨੂੰ ਹੁੰਦਾ ਮੈਂ ਦੱਸ ਦੇਵਾਂ, ਜਦੋਂ ਅਗਲੇ ਦੀ ਸੁਣਨੀ ਸ਼ੁਰੂ ਕਰ ਦਾਂਗੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਫਰਕ ਪੈਣਾ ਸ਼ੁਰੂ ਹੋ ਜਾਏਗਾ? ਮੈਂ ਕਹਿੰਦੀ ਹਾਂ ਕਿ ਲਿਖਣ ਨਾਲੋਂ ਤੇ ਬੋਲਣ ਨਾਲੋਂ ਸਭ ਤੋਂ ਵੱਡੀ ਕਲਾ ਸੁਣਨ ਦੀ ਹੈ, ਕਿਉਂਕਿ ਜੋ ਲਿਖਿਆ ਜਾ ਰਿਹਾ ਤੇ ਜੋ ਬੋਲਿਆ ਜਾ ਰਿਹਾ ਉਹਦਾ ਮੁੱਲ ਤਾਂ ਹੀ ਪੈਂਦਾ ਹੈ ਜੇ ਉਹਨੂੰ ਚੰਗੇ ਢੰਗ ਨਾਲ ਸੁਣਿਆ ਜਾਵੇ। ਹਰ ਕੋਈ ਆਪਣੀ ਬੈਕਗ੍ਰਾਉਂਡ 'ਚ ਪੈਦਾ ਹੋਇਆ, ਹਰ ਕਿਸੇ ਦੀ ਆਪਣੇ ਆਪਣੇ ਤਜਰਬੇ ਨੇ, ਹਰ ਕਿਸੇ ਦੇ ਆਪਣੇ ਆਪਣੇ ਡਰ ਨੇ, ਹਰ ਕਿਸੇ ਦੇ ਆਪੋ ਆਪਣੇ ਸ਼ੌਂਕ ਨੇ, ਤੇ ਜਸਟ ਬਿਕੋਜ਼ ਕਿ ਸਾਨੂੰ ਕੁਝ ਚੀਜ਼ਾਂ ਪਸੰਦ ਨੇ ਤੇ ਅਸੀਂ ਇਹੀ ਅਸੰਪਸ਼ਨ ਰੱਖ ਲਈਏ ਵੀ ਅਗਲਾ ਵੀ ਸ਼ਾਇਦ ਐਸੀ ਚੀਜ਼ ਨੂੰ ਪਸੰਦ ਕਰਦਾ ਹੈ। ਆਈ ਥਿੰਕ ਯੂ ਸ਼ੁੱਡ ਅੰਡਰਸਟੈਂਡ ਵੇਅਰ ਪੀਪਲ ਆਰ ਕਮਿੰਗ ਫਰੋਮ, ਐਂਡ ਉਹਦੇ ਲਈ ਤੁਹਾਨੂੰ ਸੁਣਨਾ ਪਊਗਾ, ਤੇ ਸੁਣਨਾ ਸਿਰਫ ਸੁਣਨਾ ਨਹੀਂ ਪਊਗਾ, ਸਮਝਣਾ ਪਊਗਾ, ਉਹਨਾਂ ਦੇ ਬੰਨੇ ਖਲੋ ਕੇ ਦੁਨੀਆ ਵੇਖਣੀ ਪੈਂਦੀ ਹੈ, ਜੋ ਕਿ ਬਹੁਤ ਜ਼ਰੂਰੀ ਹੈ। ਬਿਲਕੁਲ, ਤੁਸੀਂ ਕਈ ਵਾਰ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਹੋ, ਓਪਨਲੀ ਗੱਲ ਕਰਦੇ, ਬਹੁਤ ਬਲੰਟਲੀ ਗੱਲ ਕਰਦੇ, ਆਪਣੀ ਪੋਇਟਰੀਜ਼ ਨੂੰ ਪ੍ਰੈਜ਼ੈਂਟ ਕਰਦੇ, ਕਦੀ ਡਰ ਲੱਗਦਾ ਹੈ ਕਿ ਮੈਂ ਜੇ ਜ਼ਿਆਦਾ ਖੁੱਲ ਕੇ ਬੋਲ ਦਾਂਗੀ ਤਾਂ ਮੈਨੂੰ ਪ੍ਰੋਬਲਮ ਹੋ ਸਕਦੀ ਹੈ? ਨਹੀਂ, ਮਿਹਰ ਰਹੀ ਹੈ ਇਸ ਵੱਲੋਂ ਵਾਹਿਗੁਰੂ ਦੀ ਬਹੁਤ ਕਿ ਮੈਨੂੰ ਕਦੇ ਡਰ ਨਹੀਂ ਲੱਗਿਆ, ਕਿਉਂਕਿ ਮੇਰੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ, ਫਾਦਰ ਸਾਹਿਬ ਵੀ ਮੈਨੂੰ ਇਹੀ ਸਮਝਾਉਂਦੇ ਸੀ, ਤੇ ਉਸ ਤੋਂ ਬਾਅਦ ਵੀ ਮੇਰੀ ਮੰਮਾ ਨੇ ਤੇ ਭਾਜੀ ਨੇ ਇਹੀ ਲੈਗਸੀ ਕੰਟੀਨਿਊ ਕੀਤੀ ਹੈ ਕਿ ਸੱਚ ਬੋਲਣ ਤੋਂ ਕਦੇ ਨਹੀਂ ਡਰਨਾ, ਕਦੇ ਵੀ ਨਹੀਂ, ਚਾਹੇ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਭੁਗਤਣਾ ਪਵੇ, ਪਰ ਮੌਤ ਘੱਟੋ ਘੱਟ ਤੁਹਾਨੂੰ ਜ਼ਮੀਰ ਨਾਲ ਜੇ ਆਵੇ ਤੇ ਉਹ ਬਿਹਤਰ ਮੌਤ ਹੈ, ਸੱਚ ਬੋਲਣ ਤੋਂ ਨਹੀਂ ਡਰਨਾ। ਤੇ ਫਿਰ ਮੈਨੂੰ ਕਦੇ ਲੱਗਿਆ ਵੀ ਨਹੀਂ, ਕਿਉਂਕਿ ਜਿੰਨਾ ਚਿਰ ਮੈਨੂੰ ਪਤਾ ਕਿ ਜੋ ਮੈਂ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਟ ਕਰ ਰਹੀ ਹਾਂ ਉਹ ਵਾਜਬ ਹੈ, ਉਹ ਸਹੀ ਹੈ, ਉਹ ਨਾਜਾਇਜ਼ ਨਹੀਂ ਹੈ, ਉਹ ਪ੍ਰੇਰਨਾਦਾਇਕ ਹੈ, ਉਹ ਫਾਲਤੂ ਨਹੀਂ ਹੈ, ਬਸ ਐਵੇਂ ਹੀ ਕੰਟੈਂਟ ਨਹੀਂ ਹੈ, ਕੋਈ ਵਾਕਈ ਕੰਟੈਂਟ ਹੈ, ਤਾਂ ਮੈਨੂੰ ਕਦੇ ਡਰ ਨਹੀਂ ਲੱਗਿਆ, ਅੱਗੇ ਵੀ ਨਾ ਲੱਗੇ ਕਦੇ, ਇਨਸ਼ਾਅੱਲਾ ਅੱਗੇ ਵੀ ਕਦੇ ਨਾ ਹੀ ਲੱਗੇ। ਦਿਲ ਦੀਆਂ ਗੱਲਾਂ ਨੇ, ਦਿਲ ਚ ਦਿਲ ਦੀਆਂ ਗੱਲਾਂ। ਹਾਂਜੀ ਹਾਂਜੀ, ਕਿਸਾਨ ਅੰਦੋਲਨ ਨੂੰ ਲੈ ਕੇ ਵੀ ਕਈ ਵਾਰੀ ਤੁਸੀਂ ਬਹੁਤ ਗੱਲ ਕਰਦੇ ਹੋ, ਕਈ ਵਾਰੀ ਨਹੀਂ ਅਕਸਰ ਅਸੀਂ ਤੁਹਾਨੂੰ ਦੇਖਿਆ ਗੱਲ ਕਰਦੇ, ਇਸ ਟਾਈਮ ਦੇ ਸਿਨੈਰੀਓ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ? ਆਪਣੇ ਬਾਬੇ ਤੇ ਆਪਣੀਆਂ ਬੀਬੀਆਂ ਬਹੁਤ ਚੜ੍ਹਦੀਆਂ ਕਲਾਵਾਂ 'ਚ ਨੇ, ਉਹਨਾਂ ਦੇ ਜੁੱਸੇ ਤੇ ਉਹਨਾਂ ਦੇ ਜੇਰੇ ਬਹੁਤ ਦਲੇਰ ਨੇ, ਤੇ ਧੰਨ ਨੇ ਉਹ ਲੋਕ ਜਿਹੜੇ ਉੱਥੇ ਬੈਠੇ ਨੇ ਹਾਲੇ ਤੱਕ, ਪਤਾ ਨੀ ਕਿੰਨੇ ਮਹੀਨੇ ਹੋ ਗਏ ਨੇ ਆਪਦੇ ਘਰ ਪਰਿਵਾਰ ਛੱਡ ਕੇ, ਆਪਦੇ ਖੇਤ ਛੱਡ ਕੇ, ਆਪਣੀ ਕਮਾਈ ਛੱਡ ਕੇ, ਆਪਣੀ ਆਪਣੀ ਰੋਟੀ ਦਾ ਸਾਧਨ ਛੱਡ ਕੇ ਉਹ ਬੈਠੇ ਨੇ, ਤੇ ਇਨਸਾਫ਼ ਦੀ ਮੰਗ ਕਰ ਰਹੇ ਨੇ, ਤੇ ਸਿਰਫ ਆਪਣੇ ਲਈ ਨਹੀਂ ਮੰਗ ਕਰ ਰਹੇ, ਉਹ ਪੂਰੇ ਦੇਸ਼ ਦੇ ਇਨਸਾਫ਼ ਦੀ ਮੰਗ ਕਰ ਰਹੇ ਨੇ, ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਗੱਲ ਹੁਣ ਕਿਸਾਨਾਂ ਦੇ ਕਿਸਾਨੀ ਦੀ ਰਹਿ ਨਹੀਂ ਗਈ, ਗੱਲ ਹੁਣ ਇਹ ਆ ਗਈ ਹੈ ਕਿ ਜੋ ਹਾਕਮ ਹੈ ਉਹ ਕਿੰਨਾ ਜ਼ਾਲਮ ਹੈ, ਤੇ ਉਹ ਜ਼ਾਲਮ ਸਿਰਫ ਇੱਕ ਕਮਿਊਨਿਟੀ ਵਾਸਤੇ ਨਹੀਂ ਹੈ, ਉਹ ਹੌਲੀ ਹੌਲੀ ਹਰ ਇੱਕ ਕਮਿਊਨਿਟੀ ਵਾਸਤੇ ਜ਼ਾਲਮ ਹੋਊਗਾ, ਤੇ ਉਸ ਜ਼ਾਲਮਪਣੇ ਨੂੰ ਭੰਨਣ ਦੀ ਗੱਲ ਹੈ ਜੀ ਹੁਣ, ਤੇ ਮੈਨੂੰ ਲੱਗਦਾ ਕਿ ਅਸਰਦਾਰ ਰਹੇਗਾ ਇਹ ਕੰਮ ਜ਼ਰੂਰ। ਬਿਲਕੁਲ, ਕਈ ਲੋਕਾਂ ਦੀ ਬੜੀ ਬਲੰਟ ਸਟੇਟਮੈਂਟਸ ਸਾਹਮਣੇ ਆ ਜਾਂਦੀ ਹੈ ਕਿ ਹੁਣ ਤਾਂ ਬੈਠੇ ਨੇ, ਤੇ ਉੱਥੇ ਬੈਠੇ ਲੋਕਾਂ ਦੀ ਜੇ ਤੁਸੀਂ ਮੈਂਟਲ ਹੈਲਥ ਦੱਸਣਾ ਚਾਹੋ ਕਿ ਉਹ ਦਿਨੋ ਦਿਨ
ਤੇ ਮੈਂ ਕਹਿੰਦੀ ਹਾਂ ਮਿੰਟ ਬਾਈ ਮਿੰਟ ਆਵਰ ਬਾਈ ਆਵਰ ਉਹਨਾਂ ਦੇ ਉੱਤੇ ਕੀ ਪ੍ਰੈਸ਼ਰ ਬਣਦਾ ਹੋਰ ਉਹ ਕਿਸ ਤਰ੍ਹਾਂ ਉੱਤੇ ਬੈਠੇ ਨੇ ਉਹਨਾਂ ਦੀ ਮੈਂਟਲ ਹੈਲਥ ਦੇ ਉੱਤੇ ਕਿਸ ਤਰ੍ਹਾਂ ਦਾ ਇਫੈਕਟ ਪੈਂਦਾ ਹੋਏਗਾ ਕਿਉਂਕਿ ਲੋਕੀ ਤਾਂ ਆਮ ਕਹਿਣਾ ਸ਼ੁਰੂ ਹੋ ਜਾਂਦੇ ਨਹੀਂ ਜੀ ਬੈਠੇ ਨੇ ਮੈਂਟਲ ਹੈਲਥ ਦੇਖੋ ਬਹਿਣਾ ਪਹਿਲੀ ਗੱਲ ਤੇ ਸੌਖਾ ਹੈ ਹੀ ਨੀਗਾ ਤੁਸੀਂ ਵੇਖੋ ਉੱਥੇ ਉਹ ਟੈਂਟਾਂ ਸੌ ਰਹੇ ਨੇ ਕਦੀ ਮੀਂਹ ਝੱਖੜ ਆ ਜਾਂਦਾ ਕਦੇ ਉਹਨਾਂ ਦੇ ਟੈਂਟ ਉਜੜ ਜਾਂਦੇ ਨੇ ਸਿਆਲਾਂ 'ਚ ਵੀ ਉਹਨਾਂ ਨੇ ਜ਼ਮੀਨਾਂ ਤੇ ਕੱਟ ਕੱਟ ਕੇ ਸਿਆਲ ਕੱਟੇ ਨੇ ਟਰੈਕਟਰਾਂ ਤੇ ਸੌ ਰਹੇ ਨੇ ਬੇਸ਼ੱਕ ਤੁਹਾਨੂੰ ਕੈਮਰਾ ਤੇ ਬੜੇ ਬੁੱਕਦੇ ਹੋਏ ਨਜ਼ਰ ਆਉਂਦੇ ਨੇ ਪਰ ਰਾਤ ਨੂੰ ਸੌਣ ਲੱਗਿਆ ਹੈ ਕਿਸਾਨ ਵੀ ਇਨਸਾਨ ਹੈ ਦਿਲ ਉਹਦਾ ਵੀ ਸੁਲਗਦਾ ਹੈ ਉਹਦੇ ਅੰਦਰ ਵੀ ਕੁਛ ਅਰਮਾਨ ਨੇ ਜੋ ਚਾਹੁੰਦਾ ਵੀ ਪੂਰੇ ਹੋਵੇ ਪਰ ਦੇਖੋ ਬਾਬੇ ਉਹੀ ਆਪਣੇ ਜਿਹੜੇ ਨੇ ਬਾਬੇ ਬੀਬੀਆਂ ਇੰਨੇ ਉਹ ਤਗੜੇ ਨੇ ਇੰਨੇ ਕਿਹੜੇ ਨੇ ਕਿ ਉਹਨਾਂ ਨੇ ਸੋਚਿਆ ਹੋਇਆ ਕਿ ਜੇ ਅਸੀਂ ਗਾਂ ਪੀੜ੍ਹੀ ਨੂੰ ਜਾਗਰੂਕ ਕਰਨਾ ਹੈ ਹੌਸਲੇ ਦੇਣੇ ਨੇ ਤਾਂ ਪਹਿਲਾਂ ਉਹਦੇ ਲਈ ਆਪਦੇ ਹੌਸਲੇ ਬੁਲੰਦ ਰੱਖਣੇ ਹੀ ਪੈਣਗੇ ਤੇ ਉਹ ਕਦੇ ਵੀ ਤੁਹਾਨੂੰ ਕਦੇ ਵੀ ਨਿਰਾਸ਼ਾਦਾਇਕ ਜਾਂ ਕਦੇ ਵੀ ਨਿਰਾਸ਼ਾਜਨਕ ਜਾਂ ਕਦੇ ਵੀ ਬੇਉਮੀਦੀ ਗੱਲ ਨਹੀਂ ਕਰਨਗੇ ਉਹ ਹਮੇਸ਼ਾ ਹੀ ਇਹ ਕਹਿਣਗੇ ਚਾਹੇ ਲੱਖ ਲੱਖ ਔਂਕੜਾ ਹੋਣ ਜੋ ਹੈ ਵੀ ਨੇ ਉਹ ਹਮੇਸ਼ਾ ਹੀ ਇਹ ਕਹਿਣਗੇ ਕਿ ਸਭ ਸਹੀ ਹੈ ਜੋ ਮਾਲਕ ਨੇ ਦਿੱਤਾ ਹੈ ਜੋ ਮਾਲਕ ਕਰ ਰਹੇ ਹੈ ਰਜ਼ਾ ਚ ਰਾਜ਼ੀ ਨੇ ਤੇ ਬਹੁਤ ਖੂਬਸੂਰਤ ਚੀਜ਼ ਹੈ ਆਪਣੇ ਆਪ ਚ ਹੀ ਇਹ ਵੀ ਸਭ ਤੋਂ ਵੱਡੀ ਕਲਾ ਹੈ ਕਿ ਦਿਲ ਵਿੱਚ ਚੀਜ਼ ਤੇ ਮੁੱਖ ਤੇ ਹਾਸਾ ਰੱਖਣ ਵਾਲੇ ਵੀ ਕਲਾਕਾਰ ਹੀ ਹੁੰਦੇ ਨੇ ਤੇ ਉਹ ਕਲਾਕਾਰ ਹੀ ਬੈਠੇ ਨੇ ਸਾਰੇ ਦੇ ਸਾਰੇ ਉੱਥੇ ਬਿਲਕੁਲ ਤੇ ਜਿਵੇਂ ਤੁਸੀਂ ਇਹ ਪੋਇਟਰੀ ਕੀਤੀ ਬੋਲੀ ਤੁਸੀਂ ਲਿਖਦੇ ਹੋ ਤੇ ਜਦੋਂ ਕੋਈ ਲਿਖਦਾ ਹੁੰਦਾ ਹੈ ਨਾ ਤੇ ਉਹਦੇ ਪਿੱਛੇ ਹਰ ਕੋਈ ਕਹਿਣ ਲੱਗ ਜਾਂਦਾ ਹੈ ਕਿ ਇਹਨੂੰ ਜ਼ਰੂਰ ਕੋਈ ਸੱਟ ਵੱਜੀ ਹੈ ਇਹ ਤਾਂ ਕਰਕੇ ਲਿਖਾਰੀ ਬਣ ਗਿਆ ਕੋਈ ਐਸੀ ਸੱਟ ਹੈ ਜਾਂ ਤੁਹਾਡਾ ਸ਼ੌਂਕ ਕੀ ਹੈ ਜਿਹਨੇ ਤੁਹਾਨੂੰ ਲਿਖਣ ਤੇ ਮਜਬੂਰ ਕੀਤਾ ਸੱਟ ਨਹੀਂ ਮੈਂ ਕਹੂੰਗੀ ਲਿਖਾਰੀਆਂ ਨੂੰ ਸੱਟਾਂ ਵੱਜਦੀਆਂ ਨੇ ਉਹ ਹਰ ਇੱਕ ਇਨਸਾਨ ਨੂੰ ਵੱਜਦੀ ਹੈ ਜ਼ਰੂਰੀ ਨਹੀਂ ਲਿਖਾਰੀ ਨੂੰ ਸੱਟ ਵੱਜੇ ਬਸ ਚੱਕਰ ਇਹ ਹੁੰਦਾ ਹੈ ਕਿ ਉਹ ਕਲਮ ਤੇ ਕਾਗਜ਼ ਤੇ ਗੱਲ ਆਪਣੀ ਉਤਾਰਨੀ ਸ਼ੁਰੂ ਕਰ ਦਿੰਦੇ ਨੇ ਲੋਕਾਂ ਨਾਲ ਗੱਲ ਕਰਨ ਦੀ ਬਜਾਏ ਉਹ ਇੱਥੇ ਗੱਲ ਕਰਨ ਲੱਗ ਪੈਂਦੇ ਨੇ ਹੋਰ ਕੁਛ ਨਹੀਂ ਹੁੰਦਾ ਤੇ ਲਿਖਾਰੀ ਮੈਂ ਕਹਿੰਦੀ ਹਾਂ ਵੀ ਜਿਹੜਾ ਵੀ ਲੇਖਕ ਜਾਂ ਲਿਖਾਰੀ ਹੈ ਉਹਦੀ ਆਪਦੀ ਕੋਈ ਕੋਈ ਪ੍ਰਾਪਤੀ ਨਹੀਂ ਹੈ ਕੋਈ ਪ੍ਰਾਪਤੀ ਨਹੀਂ ਹੈ ਇਹ ਆਮਦ ਹੀ ਹੈ ਤੁਸੀਂ ਮੰਨੋਗੇ ਇਹ ਸੱਚੀ ਆਮਦ ਹੈ ਇਹ ਸੱਚੀ ਬਖਸ਼ਿਸ਼ ਹੈ ਹੋ ਗਈ ਜੇ ਨਾ ਹੋਈ ਤਾਂ ਤੁਸੀਂ ਕਾਗਜ਼ ਤੇ ਕਲਮ ਲੈ ਕੇ ਚਾਹੇ ਬਹਿ ਵੀ ਜਾਓ ਤੁਹਾਨੂੰ ਕੁਛ ਆਏਗਾ ਹੀ ਨਹੀਂ ਮਿੱਥ ਕੇ ਜਦੋਂ ਬਹਿੰਦੇ ਹੋ ਤੁਹਾਨੂੰ ਆਏਗਾ ਹੀ ਨਹੀਂ ਉਦੋਂ ਤੁਹਾਨੂੰ ਕਦੇ ਕਦੇ ਸ਼ੱਕ ਹੁੰਦਾ ਵੀ ਅਸੀਂ ਆਪਣੇ ਆਪ ਨੂੰ ਲਿਖਾਰੀ ਕਹੀ ਤੇ ਜਾਂਦੇ ਹਾਂ ਪਰ ਸਾਡਾ ਤੇ ਕੁਛ ਹੈ ਹੀ ਨਹੀਂ ਅਸਲ 'ਚ ਇਹ ਤੇ ਉੱਪਰੋਂ ਆ ਰਹੀਆਂ ਨੇ ਤੇ ਅਸੀਂ ਉਤਾਰ ਰਹੇ ਹਾਂ ਬਸ ਤਾਂ ਸੱਟਾਂ ਨਹੀਂ ਬਸ ਇੰਨਾ ਸੀਗਾ ਕਿ ਛੋਟੇ ਹੁੰਦੇ ਤੋਂ ਹੀ ਥੋੜਾ ਘਰੇ ਮਾਹੌਲ ਸੰਗੀਨ ਹੋ ਗਿਆ ਸੀਗਾ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਤੇ ਮੈਂ ਬਹੁਤ ਛੋਟੀ ਸੀ ਤੇ ਮੈਂ ਵੋਕਲ ਹਾਂ ਮੈਂ ਵੋਕਲ ਨਹੀਂ ਮੈਂ ਕਹੂੰਗੀ ਮੈਂ ਐਕਸਪ੍ਰੈਸਿਵ ਹਾਂ ਮੈਂ ਆਪਣੇ ਅੰਦਰ ਬਹੁਤਾ ਚਿਰ ਗੱਲ ਨਹੀਂ ਦਬਾ ਕੇ ਰੱਖ ਸਕਦੀ ਤੇ ਮੈਂ ਵੋਕਲ ਘੱਟ ਆ ਸਕੋ ਮੈਂ ਬੋਲ ਕੇ ਨਹੀਂ ਦੱਸਦੀ ਮੈਂ ਲਿਖ ਲੈਂਦੀ ਹਾਂ ਤੇ ਉਧਰੋਂ ਹੀ ਪਹਿਲੀ ਵਾਰੀ ਕਿਤੇ ਲਿਖਿਆ ਸੀਗਾ ਤੇ ਉਸ ਤੋਂ ਬਾਅਦ ਜੋ ਵੀ ਸਬੱਬ ਬਣਦੇ ਗਏ ਕੁਦਰਤ ਕੰਮ ਕਰਾਉਂਦੀ ਗਈ ਕੰਮ ਕਰਾਉਂਦੀ ਬਿਲਕੁਲ ਤੁਹਾਡੀਆਂ ਲਿਖੀਆਂ ਕੋਈ ਲਾਈਨਾਂ ਹੋ ਜਾਣ ਤੁਹਾਡੇ ਅੰਦਾਜ਼ ਦੇ ਵਿੱਚ ਕਿਸ ਤਰੀਕੇ ਦੀਆਂ ਸੁਣਨਾ ਪਸੰਦ ਕਰੋਗੇ ਕਿਸੇ ਵੀ ਤਰੀਕੇ ਜੋ ਇਸ ਟਾਈਮ ਤੁਹਾਡੇ ਮਨ 'ਚ ਚੱਲ ਰਿਹਾ ਹੋਵੇ ਮਨ ਵਿੱਚ ਤੇ ਚਲੋ ਮਨ ਤੇ ਬਹੁਤ ਅਸ਼ਾਂਤੀ ਰਹਿੰਦਾ ਹੈ ਹਨਾ ਇਹਦਾ ਤਾਂ ਕੋਈ ਟਿਕਾ ਵੀ ਨਹੀਂ ਜੋ ਮੈਨੂੰ ਚੇਤੇ ਹੈ ਮੈਂ ਉਹ ਸੁਣਾ ਦਿੰਦੀ ਹਾਂ ਤਾਂ ਜੋ ਮੈਂ ਵਿੱਚ ਲੜਖੜਾਵਾਂ ਨਾ ਮੇਰੀ ਇੱਕ ਕਵਿਤਾ ਸੀਗੀ ਦਿਲਦਾਰ ਹਾਂ ਮੰਗਦੇ ਨਹੀਂ ਬਹੁਤ ਸੋਹਣੀ ਮੈਨੂੰ ਮੇਰੇ ਦਿਲ ਦੇ ਅਜ਼ੀਜ਼ ਹੈ ਜਿਹ 'ਚ ਅਖੀਰਲੀਆਂ ਸਤਰਾਂ ਨੇ ਸਾਡੇ ਹੰਝੂ ਫਿਕਰਾਂ ਦਲੀਲਾਂ ਫਰਿਆਦ ਅਖੀਰ ਜੇ ਤੈਨੂੰ ਨਹੀਂ ਨਿਆਦ ਸਾਡੇ ਹੰਝੂ ਫਿਕਰਾਂ ਦਲੀਲਾਂ ਫਰਿਆਦ ਅਖੀਰ ਜੇ ਤੈਨੂੰ ਨਹੀਂ ਨਿਆਦ ਆੜੇ ਤਰਲੇ ਕੱਢਾਂਗੇ ਨਹੀਂ ਨਾ ਮੰਗਣੀ ਹੈ ਕੋਈ ਮੁਰਾਦ ਕੋਈ ਦਿਲਦਾਰ ਆ ਮੰਗਦੇ ਨਹੀਂ ਪਿਆਰ ਦਿਖਾਉਣ 'ਚ ਹੰਬਦੇ ਨਹੀਂ ਦਿਲਦਾਰ ਆ ਮੰਗਦੇ ਨਹੀਂ ਪਿਆਰ ਦਿਖਾਉਣ ਵਿੱਚ ਹੰਬਦੇ ਨਹੀਂ ਜਾਨ ਦੇਣ ਤੱਕ ਜਾਂਦੇ ਹਾਂ ਤੂੰ ਮਾੜਾ ਮੋਟਾ ਜੇ ਕਰਦੇ ਕੋਈ ਸੰਗਦੇ ਨਹੀਂ ਹੁਣ ਪੈਰੀ ਤੇਰੇ ਪੈ ਨਹੀਂ ਸਕਦੇ ਵਾਰ ਵਾਰ ਤੇ ਕਹਿ ਨਹੀਂ ਸਕਦੇ ਹੁਣ ਪੈਰੀ ਤੇਰੇ ਪੈ ਨਹੀਂ ਸਕਦੇ ਵਾਰ ਵਾਰ ਤੇ ਕਹਿ ਨਹੀਂ ਸਕਦੇ ਤੂੰ ਪਰਖਣ ਤੇ ਹੀ ਤੁਲਿਆ ਰਹਿਣਾ ਅਸੀਂ ਕਾਤਲਾਂ ਵਾਂਗ ਤੇ ਰਹਿ ਨਹੀਂ ਸਕਦੇ ਚੱਲ ਮੈਂ ਤਾਂ ਪੈਰੀ ਪੈ ਵੀ ਜਾਊਂ ਪਰ ਇਸ਼ਕ ਮੇਰੇ ਦੀ ਅਣਖ ਹੈ ਚੱਲ ਮੈਂ ਤਾਂ ਪੈਰੀ ਪੈ ਵੀ ਜਾਊਂ ਪਰ ਇਸ਼ਕ ਮੇਰੇ ਦੀ ਅਣਖ ਹੈ ਕਬੂਲ ਦੀ ਹੈ ਪਰ ਵਿੱਚ ਦੀ ਨਹੀਂ ਇਹਨੂੰ ਅਣਖ ਦੀ ਬੜੀ ਸਣਕ ਹੈ ਇਹਨੂੰ ਅਣਖ ਦੀ ਬੜੀ ਸਣਕ ਹੈ ਟੂ ਗੁੱਡ ਇਹਨ ਇਸੇ ਤਰੀਕੇ ਨਾਲ ਜਦੋਂ ਮੈਨੂੰ ਲੱਗਦਾ ਤੁਹਾਡੇ ਫੈਨਸ ਸੋਸ਼ਲ ਮੀਡੀਆ ਤੇ ਸੁਣਦੇ ਨੇ ਤੇ ਉਹ ਅਟੈਚ ਹੋ ਜਾਂਦੇ ਆ ਤੇ ਜਿਹੜੀ ਉਹ ਅਟੈਚਮੈਂਟ ਹੈ ਉਹ ਤੋਂ ਉਹ ਤੁਹਾਨੂੰ ਕੀ ਫੀਲ ਕਰਾਉਂਦੀ ਹੈ ਜਦੋਂ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਤੁਹਾਨੂੰ ਸੁਣਦੇ ਨੇ ਜਾਂ ਜਿਹੜੇ ਤੁਹਾਨੂੰ ਦੇਖਦੇ ਨੇ ਦਰਸ਼ਕ ਉਹਨਾਂ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਜੁੜਦੇ ਹੋ ਤਾਂ ਤੁਹਾਨੂੰ ਕਿੱਦਾਂ ਦਾ ਕਨੈਕਸ਼ਨ ਫੀਲ ਹੁੰਦਾ ਹੈ
ਪਿਆਰਾ ਲੱਗਦਾ ਹੈ ਜੀ ਸਰੋਤ ਦੇਖੋ ਕੋਈ ਵੀ ਬੰਦਾ ਜਿਹੜਾ ਲਿਖਦਾ ਕੋਈ ਵੀ ਬੇਸ਼ੱਕ ਪਰ ਬੇਸ਼ਰਤੇ ਉਹ ਲਿਖਦਾ ਸੱਚੀ ਜੋ ਲਿਖਾਈ ਹੈ ਉਹ ਲਿਖਾਈਆਂ ਵਾਂਗ ਹੋਵੇ ਐਂ ਨਹੀਂ ਜੋ ਅੱਜ ਕੱਲ੍ਹ ਲਿਖਾਰੀ ਜਾਂ ਜੋ ਵੀ ਅੱਜ ਕੱਲ੍ਹ ਲਿਖ ਰਹੇ ਨੇ ਕਿਉਂਕਿ ਉਹ ਰੂਹਾਨੀ ਗੱਲਾਂ ਨਹੀਂ ਗੀਆਂ ਜੋ ਲੇਖਕ ਸਹੀ ਮਾਇਨਿਆਂ 'ਚ ਲੇਖਕ ਨੇ ਉਹ ਬਹੁਤ ਰੂਹਾਨੀ ਹੁੰਦੇ ਨੇ ਅਤੇ ਉਹਨਾਂ ਨੂੰ ਮਿਲ ਕੇ ਹਰ ਕੋਈ ਆਪਣਾ ਲੱਗਦਾ ਹਰ ਕੋਈ ਚਾਹੇ ਅਗਲੇ ਬੰਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਕਿਸ ਤਰੀਕੇ ਦਾ ਫਰੇਬ ਹੈ ਜਾਂ ਕਿਸ ਤਰੀਕੇ ਦੀ ਚਲਾਕੀ ਹੈ ਹਰ ਭਾਂਤ ਭਾਂਤ ਦੀ ਲੱਕੜ ਹੈ ਪਰ ਉਹਨੂੰ ਉਹ ਇਨਸਾਨ ਵੀ ਉਹ ਉਸ ਇਨਸਾਨ 'ਚ ਵੀ ਕਿਤੇ ਨਾ ਕਿਤੇ ਅੱਛਾਈ ਲੱਭ ਲੈਂਦੇ ਨੇ ਅਤੇ ਵਧੀਆ ਲੱਗਦਾ ਅੱਛਾ ਲੱਗਦਾ ਜਦੋਂ ਪਿਆਰ ਦਿੰਦੇ ਨੇ ਆਪਣਾ ਲੱਗਦਾ ਅਤੇ ਹੋਰ ਇੱਦਾਂ ਜੀ ਕਰਦਾ ਵੀ ਕੱਲ੍ਹ ਨੂੰ ਹੋਰ ਕੁਛ ਵਧੀਆ ਲੈ ਕੇ ਆਈਏ ਕਿਉਂਕਿ ਇਹਨਾਂ ਨੇ ਕਾਫੀ ਉਮੀਦਾਂ ਜੋੜੀਆਂ ਨੇ ਸਾਡੇ ਨਾਲ ਅਤੇ ਕਦੇ ਨਾ ਖੁਸ਼ ਨਾ ਹੋ ਜਾਣ ਜੀ ਬਹੁਤ ਚੰਗੀਆਂ ਗੱਲਾਂ ਤੁਸੀਂ ਕਰਦੇ ਹੋ ਬਹੁਤ ਕਹਿੰਦੇ ਕਿ ਜਦੋਂ ਤੁਸੀਂ ਬੋਲਦੇ ਹੋ ਨਾ ਇੱਕ ਤੁਹਾਡੇ ਨਾਲ ਆਪਣੇ ਆਪ ਕਨੈਕਸ਼ਨ ਜੁੜਨ ਲੱਗ ਜਾਂਦਾ ਹੈ ਤੁਹਾਡੀ ਜਿਹੜੀ ਸੋਚ ਹੈ ਉਸਨੂੰ ਪਰੂਫ ਕਰਨ ਦੇ ਲਈ ਜਾਂ ਉਸਨੂੰ ਸਾਬਿਤ ਕਰਨ ਦੇ ਲਈ ਜਾਂ ਉਸਦੇ ਲਈ ਕੁਛ ਕਰਨ ਦੇ ਲਈ ਅੱਗੇ ਫਿਊਚਰ 'ਚ ਕੋਈ ਫਰਕ ਪਏ ਇਹਨਾਂ ਗੱਲਾਂ ਤੋਂ ਉਸ ਚੀਜ਼ ਦਾ ਮੈਨੂੰ ਲੱਗਦਾ ਕਿ ਤੁਹਾਡੇ ਦਿਮਾਗ 'ਚ ਹਮੇਸ਼ਾ ਰਹਿੰਦਾ ਹੋਏਗਾ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਮੇਰੇ ਅੰਦਰ ਜੋ ਹੈ ਜਦੋਂ ਮੈਂ ਡਿਲੀਵਰ ਕਰਦੀ ਹਾਂ ਤੇ ਇੱਕ ਕੀ ਚੇਂਜ ਜਿਹੜਾ ਹੈ ਤੁਸੀਂ ਆਉਣ ਵਾਲੇ ਟਾਈਮ 'ਚ ਚਾਹੁੰਦੇ ਹੋ ਜੋ ਇੱਕ ਚੇਂਜ ਮੈਂ ਸਭ ਤੋਂ ਪਹਿਲਾਂ ਆਉਣ ਵਾਲੇ ਟਾਈਮ 'ਚ ਚਾਹੁੰਦੀ ਹਾਂ ਪਿਆਰ ਤੇ ਸਿਰਫ ਪਿਆਰ ਮੁੰਡਾ ਕੁੜੀ ਦਾ ਪਿਆਰ ਨਹੀਂ ਹਰ ਇੱਕ ਇਨਸਾਨ ਦਾ ਹਰ ਇੱਕ ਰੂਹ ਦਾ ਦੂਸਰੀ ਰੂਹ ਨਾਲ ਪਿਆਰ ਅੱਜ ਕੱਲ੍ਹ ਪਿਆਰ ਬਹੁਤ ਜ਼ਿਆਦਾ ਘੱਟ ਗਿਆ ਬਹੁਤ ਹੀ ਜ਼ਿਆਦਾ ਘੱਟ ਗਿਆ ਜੋ ਕਿ ਮੈਨੂੰ ਚਿੰਤਾ ਦਾ ਵਿਸ਼ਾ ਲੱਗਦਾ ਜਦੋਂ ਪਿਆਰ ਤੁਹਾਡੇ ਅੰਦਰ ਘੱਟਦਾ ਹੈ ਤਾਂ ਹਉਮੈ ਵੱਧਦੀ ਹੈ ਜਾਂ ਆਪਾਂ ਕਹਿ ਲਈਏ ਹਉਮੈ ਵੱਧਦੀ ਹੈ ਤਾਂ ਪਿਆਰ ਘੱਟਦਾ ਹੈ ਤੇ ਜਦੋਂ ਤੁਹਾਡੇ ਅੰਦਰ ਹਉਮੈ ਦਾ ਬੀਜ ਬੋਇਆ ਗਿਆ ਤੇ ਤੁਹਾਡੀ ਸੋਚ ਉਸੇ ਹਿਸਾਬ ਨਾਲ ਹੋ ਜਾਏਗੀ ਤੁਸੀਂ ਵਿਨਾਸ਼ ਹੀ ਲੈ ਕੇ ਆਉਂਗੇ ਤੁਸੀਂ ਕਦੇ ਪੱਕੀ ਹੋਈ ਰੋਟੀ ਪੱਕੀ ਹੋਈ ਚੀਜ਼ ਨਹੀਂ ਮੂਹਰੇ ਲੱਗ ਸਕਦੇ ਤੁਸੀਂ ਹਮੇਸ਼ਾ ਕੱਚਾਪਣਾ ਹੀ ਲੈ ਕੇ ਆਉਂਗੇ ਤੁਹਾਡੀਆਂ ਗੱਲਾਂ 'ਚ ਨਜ਼ਾਕਤ ਨਹੀਂ ਹੋਏਗੀ ਤੁਹਾਡੀਆਂ ਗੱਲਾਂ 'ਚ ਬਹੁਤ ਇਹੋ ਜਿਹੀਆਂ ਗੱਲਾਂ ਹੋਣਗੀਆਂ ਜੋ ਕਿ ਅਗਲੀ ਰੂਹ ਨੂੰ ਸ਼ਾਇਦ ਤੰਗ ਕਰ ਦੇਵੇ ਕੂਲ ਬਣਨ ਦੇ ਚੱਕਰ ਵਿੱਚ ਅੱਜ ਕੱਲ੍ਹ ਦੀ ਜੋ ਦੁਨੀਆ ਹੈ ਉਹ ਬਹੁਤ ਕੁਛ ਕਰ ਰਹੀ ਹੈ ਬਹੁਤ ਕੁਛ ਕਰ ਰਹੀ ਹੈ ਅਤੇ ਵੇਖ ਕੇ ਕਦੇ ਕਦਾਈ ਮੈਂ ਵੀ ਘਬਰਾਉਂਦੀ ਹਾਂ ਵੀ ਸਾਡੀ ਪੀੜ੍ਹੀ ਜਾ ਕਿੱਥੇ ਰਹੀ ਹੈ ਜਿਹੜੀ ਸੇਧ ਸੀਗੀ ਉਹ ਗਈ ਕਿੱਥੇ ਵੱਡੇ ਬਜ਼ੁਰਗਾਂ ਦੀ ਤੇ ਉਹ ਵੇਖ ਕੇ ਸਾਨੂੰ ਕਿੰਨਾ ਨਾ ਖੁਸ਼ ਹੁੰਦੇ ਨੇ ਤੁਸੀਂ ਉਹਨਾਂ ਦੀ ਅੱਖਾਂ 'ਚ ਜੇ ਵੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਕਦੇ ਪਰ ਉਹਦੇ ਲਈ ਬਹਿਣਾ ਪੈਣਾ ਉਹਨਾਂ ਨਾਲ ਜੋ ਕਿ ਅਸੀਂ ਬਹਿ ਹੀ ਨਹੀਂ ਰਹੇ ਕਿਉਂਕਿ ਮੈਨੂੰ ਲੱਗਦਾ ਪਿਆਰ ਸਭ ਤੋਂ ਵੱਡੀ ਚੀਜ਼ ਆ ਜੋ ਮੈਂ ਚੇਂਜ ਲੈ ਕੇ ਆਉਣਾ ਚਾਹੁੰਦੀ ਹਾਂ ਤੇ ਜਦੋਂ ਪਿਆਰ ਆ ਗਿਆ ਫਿਰ ਤੁਹਾਡੇ ਅੰਦਰ ਨਿਮਰਤ ਆ ਗਈ ਜੇ ਤੁਸੀਂ ਨਿਮਰਤ ਆ ਗਈ ਮਿੱਠੇ ਹੋ ਗਏ ਤਾਂ ਦੁਨੀਆਂ ਸਭ ਤੋਂ ਰੰਗੀਨ ਹੈ ਸਭ ਤੋਂ ਰੰਗੀਨ ਹੈ ਫਿਰ ਬਿਲਕੁਲ ਸਹੀ ਇੰਨੀਆਂ ਗੱਲਾਂ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਸਮਝ ਆ ਜਾਂਦੀਆਂ ਜੋ ਸਮਝਣਾ ਚਾਹੁੰਦੇ ਆ ਜੋ ਸਮਝਣਾ ਹੀ ਨਹੀਂ ਚਾਹੁੰਦੇ ਉਹ ਤਾਂ ਬੜੀ ਆਸਾਨੀ ਨਾਲ ਕਹਿ ਦਿੰਦੇ ਆ ਕਿ ਇਹ ਗੱਲਾਂ ਹੀ ਨੇ ਇਹਨਾਂ ਦਾ ਕੁਛ ਨਹੀਂ ਹੋਣ ਵਾਲਾ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਇਹਦੇ ਤੇ ਕੀ ਕਹੋਗੇ ਇਹਦੇ ਤੇ ਮੈਂ ਹੀ ਕਹੂੰਗੀ ਕਿ ਹੁਣ ਦੇ ਵੇਲੇ 'ਚ ਪ੍ਰੈਜੈਂਟ ਮੂਮੈਂਟ ਵਿੱਚ ਸ਼ਾਇਦ ਐਂ ਲੱਗਦਾ ਹੋਵੇ ਵੀ ਇਹ ਗੱਲਾਂ ਹੀ ਨੇ ਪਰ ਬੁਢਾਪਾ ਸਾਰਿਆਂ 'ਤੇ ਆਉਣਾ ਹਰ ਕਿਸੇ ਨੇ ਇਕੱਲੇ ਬਹਿਣਾ ਬੱਚਿਆਂ ਨੇ ਵੀ ਮੁੱਖ ਮੋੜਨਾ ਹੈ ਸਾਡੇ ਮਾਪਿਆਂ ਨੇ ਵੀ ਸਵਰਗਵਾਸ ਹੋਣਾ ਜਦੋਂ ਇਕੱਲੇ ਬਹਿਣਾ ਹੈ ਉਦੋਂ ਤੁਹਾਡੇ ਕੋਲ ਕੁਛ ਨਹੀਂ ਰਹਿ ਜਾਂਦਾ ਉਦੋਂ ਤੁਹਾਡੇ ਕੋਲ ਜੋ ਮਨ 'ਚ ਪਿਆਰ ਹੈ ਅਤੇ ਜੋ ਤੁਹਾਡੀ ਜ਼ਮੀਰ ਹੈ ਸਿਰਫ ਉਹੀ ਰਹਿ ਜਾਂਦੀ ਹੈ ਜੋ ਤੁਹਾਡੇ ਅਨਮੋਲ ਰਤਨ ਨੇ ਇਹ ਦੋਹੀ ਨੇ ਅਤੇ ਇਹਨਾਂ ਨੂੰ ਜੇ ਤੁਸੀਂ ਹੁਣੇ ਨਹੀਂ ਸਮੇਟਿਆ ਫਿਰ ਤੁਸੀਂ ਆਪਣੇ ਬੁਢਾਪੇ 'ਚ ਇਕੱਲੇ ਬਹਿ ਕੇ ਰੋਣ ਦੀ ਤਿਆਰੀ ਕਰ ਲਓ ਕਿਉਂਕਿ ਤੁਸੀਂ ਕੁੜ ਕੇ ਸੱਚੀ ਮਰ ਜਾਓਗੇ ਕਿਉਂਕਿ ਇਹ ਸੱਚ ਹੈ ਇਹ ਕੌੜਾ ਹੈ ਪਰ ਇਹ ਸੱਚ ਦੀ ਤਬੀਅਤ ਹੀ ਹੈ ਕਿ ਉਹ ਕੌੜਾ ਹੁੰਦਾ ਤੇ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਵੀ ਜ਼ਿੰਦਗੀ ਐਵੇਂ ਜੀਓ ਕਿ ਜਦੋਂ ਤੁਸੀਂ ਮਰੋ ਤੇ ਤੁਹਾਡੇ ਮੁੱਖ ਤੇ ਇੱਕ ਸਮਾਈਲ ਹੋਵੇ ਤੇ ਉਹ ਸਮਾਈਲ ਤਾਂ ਹੀ ਹੁੰਦੀ ਹੈ ਜੇ ਤੁਸੀਂ ਤਾਂ ਉਮਰ ਚੰਗੇ ਕੰਮ ਕੀਤੇ ਨੇ ਚੰਗੇ ਇਨਸਾਨ ਵਾਂਗ ਰਹੇ ਹੋ ਜਾਂ ਜ਼ਿੰਦਗੀ ਐਵੇਂ ਜੀਓ ਕਿ ਜਦੋਂ ਮਤਲਬ ਤੁਹਾਡੇ ਤੇ ਬੁਢਾਪਾ ਆਉਂਦਾ ਤੇ ਤੁਸੀਂ ਜਦੋਂ ਇਕੱਲੇ ਹੁੰਦੇ ਹੋ ਤੇ ਤੁਹਾਨੂੰ ਕੋਈ ਪਛਤਾਵਾ ਕੋਈ ਦੁੱਖ ਨਾ ਹੋਵੇ ਵੀ ਆਪਾਂ ਐਂ ਕਿਉਂ ਕੀਤਾ ਤੇ ਐਂ ਕਿਉਂ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਐਂ ਸੋਚ ਕੇ ਜ਼ਿੰਦਗੀ ਜਿਉਣ ਲੱਗਦੇ ਹੋ ਤਾਂ ਤੁਸੀਂ ਕਿਸੇ ਨਾਲ ਨਾ ਮਾੜਾ ਕਰੋਗੇ ਨਾ ਮਾੜਾ ਕਿਸੇ ਵਾਸਤੇ ਸੋਚੋਗੇ ਬਹੁਤ ਪਿਆਰੇ ਇਨਸਾਨ ਬਣ ਕੇ ਰਹੋਗੇ ਕੁਦਰਤ ਦੇ ਨੇੜੇ ਹੋ ਜਾਓਗੇ ਇਹ ਗੱਲਾਂ ਅੱਜ ਕੱਲ੍ਹ ਲੱਗਦੀਆਂ ਨੇ ਵੀ ਯੂਥ ਨੂੰ ਵੀ ਇਹ ਕੀ ਬੋਲੀ ਜਾ ਰਹੇ ਨੇ ਹਨਾ ਵੀ ਕੀ ਹੈ ਇਹ ਪਰ ਮੈਂ ਥੋੜਾ ਦੂਰ ਦਾ ਸੋਚ ਕੇ ਰਾਜ਼ੀ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਆਪਣਾ ਬੁਢਾਪਾ ਸਿਕਿਓਰ ਕਰਨਾ ਚਾਹੁੰਦੀ ਹਾਂ ਬਿਲਕੁਲ ਸਹੀ ਤੁਸੀਂ ਬਹੁਤ ਚੰਗੀਆਂ ਗੱਲਾਂ ਕਰਦੇ ਹੋ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਆਪਣਾ ਸਮਾਂ ਸਾਨੂੰ ਦਿੱਤਾ ਜਾਣ ਤੋਂ ਪਹਿਲੇ ਇੱਕ ਆਖਰੀ ਸਵਾਲ ਯੂਥ ਦੀ ਗੱਲ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਨੂੰ ਕਿਹੜੀ ਚੀਜ਼ ਤੋਂ ਸਭ ਤੋਂ ਜ਼ਿਆਦਾ ਖਤਰਾ ਹੈ ਔਰ ਜਾਣ ਤੋਂ ਪਹਿਲੇ ਯੂਥ ਨੂੰ ਸਭ ਤੋਂ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਸਭ ਤੋਂ ਵੱਧ ਖਤਰਾ ਆਪਣੇ ਆਪ ਤੋਂ ਹੀ ਹੈ ਉਹਨਾਂ ਦੀ ਆਪਣੀ ਸੋਚ ਤੋਂ ਹੈ ਜੋ ਅੱਜ ਕੱਲ੍ਹ ਹੋ ਗਈ ਹੈ ਉਹ ਸ਼ਾਇਦ ਉਹ ਸਰਕਾਰ ਨੂੰ ਵੀ ਉਂਗਲਾਂ ਚੱਕ ਸਕਦੇ ਨੇ
ਉਹ ਸੋਸ਼ਲ ਮੀਡੀਆ ਤੇ ਵੀ ਜਿੰਨੀ ਮਰਜ਼ੀ ਉਂਗਲ ਚੱਕਣੀ ਚਾਹਣ ਚੱਕ ਸਕਦੇ ਨੇ, ਉਹ ਸਿੰਗਰਾਂ ਤੇ ਵੀ ਜਿੰਨੀ ਮਰਜ਼ੀ ਉਂਗਲ ਚੱਕਣੀ ਚਾਹਣ ਚੱਕ ਸਕਦੇ ਨੇ, ਪਰ ਅਖੀਰ 'ਚ ਆਪਣੋ ਆਪਣੀ ਹੀ ਚੋਇਸ ਹੁੰਦੀ ਹੈ। ਇਹ ਸਾਈਕੋਲੋਜੀ ਵੀ ਕਹਿੰਦੀ ਹੈ, ਇਹ ਸਾਇੰਸ ਵੀ ਕਹਿੰਦੀ ਹੈ, ਇਹ ਫਿਲੋਸਫੀ ਵੀ ਕਹਿੰਦੀ ਹੈ ਕਿ ਸਾਰਾ ਕੁਛ ਆਪੋ ਆਪਣੇ 'ਤੇ ਹੈ ਵੀ ਤੁਸੀਂ ਕਿਹੜੇ ਬੰਨੇ ਜਾਣਾ। ਸਾਰੇ ਕਿਤੇ ਸੜਕਾਂ ਨੇ, ਠੀਕ ਹੈ, ਜੇ ਤੁਸੀਂ ਅੰਮ੍ਰਿਤਸਰ ਤੋਂ ਲੁਧਿਆਣੇ ਜਾਣਾ ਹੈ ਤਾਂ ਤੁਸੀਂ ਅੰਮ੍ਰਿਤਸਰ ਤੋਂ ਲੁਧਿਆਣੇ ਹੀ ਜਾਓਗੇ। ਤੁਸੀਂ ਅੰਮ੍ਰਿਤਸਰ ਤੋਂ ਜੇ ਇੱਧਰ ਨੂੰ ਚੱਲ ਜਾਂਦੇ ਪਾਕਿਸਤਾਨ ਵੱਲ ਨੂੰ ਤਾਂ ਫਿਰ ਡੰਡੇ ਪੈਣਗੇ, ਕਿਉਂਕਿ ਮੁਲਕਾਂ ਦਾ ਫਾਸਲਾ ਹੈ। ਅਤੇ ਉਹੀ ਸੋਚ ਹੈ ਆਪੋ ਆਪਣੀ ਕਿ ਜੇ ਤੁਸੀਂ ਸਹੀ ਰਸਤੇ ਆਪੇ ਜਾਣਾ ਚਾਹੋਗੇ ਤਾਂ ਆਪੇ ਹੀ ਜਾਓਗੇ। ਆਪਣੇ ਆਪ ਦੀ ਸੋਚ ਥੋੜ੍ਹੀ ਸਹੀ ਕਰਨ ਦੀ ਲੋੜ ਹੈ ਯੂਥ ਨੂੰ। ਮੈਂ ਬਹੁਤ ਮੈਂ ਸੱਚੀ ਘਬਰਾਉਂਦੀ ਹਾਂ ਕਦੇ ਕਦਾਈ ਵੀ ਇਹ ਹੋ ਕੀ ਰਿਹਾ ਵੇਖ ਵੂਖ ਕੇ ਸਾਰਾ ਕੁਛ, ਕਿਉਂਕਿ ਬਹੁਤ ਕੁਛ ਹੈ। ਬਹੁਤ ਕੁਛ ਹੈ, ਬਿਲਕੁਲ, ਜਿਵੇਂ ਤੁਸੀਂ ਕਿਹਾ ਬਹੁਤ ਕੁਛ ਹੈ, ਬਹੁਤ ਕੁਛ ਨਹੀਂ, ਇਹ ਗੱਲਾਂ ਖਤਮ ਨਹੀਂ ਹੋਣਗੀਆਂ, ਪਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੁਬਾਰਾ ਸਾਨੂੰ ਟਾਈਮ ਦਿਓਗੇ ਤੇ ਜਿਹੜਾ ਇਹ ਬਹੁਤ ਕੁਛ ਹੈ ਉਹ ਅਸੀਂ ਹੌਲੀ ਹੌਲੀ ਕਰਕੇ ਸਾਰਿਆਂ ਨੂੰ ਦੱਸ ਸਕੀਏ ਕਿ ਸਾਨੂੰ ਕਿਸ ਚੀਜ਼ ਤੋਂ ਖਤਰਾ ਹੈ ਤੇ ਕਿਸ ਚੀਜ਼ ਦੀ ਅੱਗੇ ਚੰਗੇ ਹੋਣ ਦੀ ਜ਼ਰੂਰਤ ਹੈ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ। ਥੈਂਕ ਯੂ ਸੋ ਮੱਚ। ਤੁਹਾਡਾ ਇਹਨਾਂ ਦੀਆਂ ਗੱਲਾਂ ਬਾਰੇ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਜੁੜੇ ਰਹੋ ਜੀ ਮੀਡੀਆ ਗਰੁੱਪ ਦੇ ਨਾਲ। ਸਤਿ ਸ਼੍ਰੀ ਅਕਾਲ।